ਤੇ ਹੁਣ ਉਹ ਇਸਤਰੀ ਵੀ ਨਹੀਂ ਮਿਲੀ ਤੇ ਪੈਸਾ ਵੀ ਨਹੀਂ ਮਿਲਿਆ ਗਾ, ਵੀ ਗਈ ਤੇ ਪੈਸਾ, ਪੈਸਾ ਵੀ ਗਿਆ ਜੀ। ਤਾਂ ਉੱਥੇ ਫਿਰ ਉਹ ਬੜਾ ਪਛਤਾਪ ਜਿਹਾ ਹੋਇਆ, ਕਰੇ ਤਾਂ ਕਰਾ ਕੀ, ਕਿਉਂ ਬੰਦਗੀ ਬੰਦਗੀ ਹੁੰਦੀ ਹੈ ਅਤੇ ਬੇਈਮਾਨੀ ਬੇਈਮਾਨੀ ਹੁੰਦੀ ਹੈ। ਹਾਂਜੀ, ਬੇਈਮਾਨੀ ਜਿਹੜੀ ਹੈ ਇਹ ਬੰਦਗੀ ਨੂੰ ਖਤਮ ਕਰ ਦਿੰਦੀ ਹੈ, ਜਿਹੜੀ ਪੰਡਤ ਦੀ ਬੰਦਗੀ ਸਮਝ ਲਓ ਉੱਥੇ ਖਤਮ ਹੋ ਗਈ। ਉੱਧਰ ਜਿਹੜਾ ਆਪਣਾ ਸੀਗਾ ਸ਼ਾਹੂਕਾਰ ਦਾ ਲੜਕਾ, ਉੱਥੋਂ ਚੱਲ ਕੇ ਗੰਗਾ ਤੋਂ ਅੱਗੇ ਕੋਈ ਸ਼ਹਿਰ ਸੀਗਾ ਉੱਥੇ ਆ ਗਿਆ। ਉੱਥੇ ਕੋਈ ਸੇਠ ਸ਼ਾਹੂਕਾਰ ਸੀਗਾ, ਉੱਥੇ ਵੇਖਿਆ ਵੀ ਮੈਂ ਪ੍ਰਸ਼ਾਦੇ ਛਕਣੇ ਸੀ, ਕਹਿੰਦਾ ਛਕ ਲਓ। ਗੱਲਾਂ ਬਾਤਾਂ ਕੀਤੀਆਂ, ਸਾਰੀ ਗੱਲਬਾਤ ਦੱਸੀ, ਮੈਂ ਇਸ ਤਰ੍ਹਾਂ ਕਰਕੇ ਘਰੋਂ ਆਇਆ। ਕਹਿੰਦਾ ਜੀ ਜੇ ਤੁਸੀਂ ਮੈਨੂੰ ਧਰਮ ਦਾ ਪੁੱਤ ਬਣਾ ਲਓ ਨਾ, ਅਤੇ ਮੈਂ ਤੁਸੀਂ ਮੇਰੇ ਧਰਮ ਦੇ ਮਾਂ ਪਿਓ ਹੈ, ਅਤੇ ਮੈਂ ਤੁਹਾਡੀ ਸੇਵਾ ਕਰਾਂ ਇੱਥੇ। ਉਹ ਕਹਿੰਦਾ ਵੀ ਠੀਕ ਹੈ, ਰਹੋ ਇੱਥੇ। ਉਹ ਉੱਥੇ ਰਹਿਣ ਲੱਗ ਪਿਆ, ਜਿਹੜਾ ਉਹ ਸੇਠ ਸ਼ਾਹੂਕਾਰ ਅਤੇ ਉਹਦੇ ਘਰ ਵਾਲੀ ਸੀ ਬਜ਼ੁਰਗ, ਉਹਨਾਂ ਦੀ ਸੇਵਾ ਕਰਨ ਲੱਗ ਪਿਆ। ਇੱਕ ਦਿਨ ਕਿਤੇ ਕਹਿੰਦਾ ਆਖੇ ਬਾਪੂ ਜੀ ਜੇ ਤੁਸੀਂ ਆਖੋ ਤਾਂ ਮੈਂ ਆਖੇ ਕੋਈ ਵਪਾਰ ਨਾ ਕਰਾਂ। ਆਖੇ ਕਹਿੰਦੇ ਪੁੱਤ ਆਪਣਾ ਤਾਂ ਕੰਮ ਹੀ ਸ਼ਾਹੂਕਾਰਾਂ ਦਾ ਵਪਾਰ ਕਰਨਾ, ਕਰੋ, ਲੈ ਜਾਓ ਪੈਸੇ ਲੈ ਜਾਓ। ਉਹ ਉੱਥੋਂ ਪੈਸੇ ਲੈ ਗਿਆ ਸੇਠ ਸ਼ਾਹੂਕਾਰ ਤੋਂ, ਜਿਹੜਾ ਉਹਦਾ ਧਰਮ ਦਾ ਪਿਓ ਸੀ। ਅੱਗੇ ਜਾ ਕੇ ਹੁਣ ਜਿਹੜੇ ਧਰਮਾਤਮਾ ਦੇ ਖਿਆਲ ਤਾਂ ਧਰਮਾਤਮਾ ਵਾਲੇ ਹੁੰਦੇ ਆ, ਸੂਜੀ ਲੈ ਲਈ, ਘਿਓ ਲੈ ਲਿਆ, ਖੰਡ ਲੈ ਲਈ, ਕੜਾਹੀਆਂ ਲੈ ਲਈਆਂ, ਹਲਵਾਈ ਲੈ ਲਏ, ਸਮੁੰਦਰ ਦੇ ਕਿਨਾਰੇ ਜਾ ਕੇ ਅਤੇ ਪ੍ਰਸ਼ਾਦ ਬਣਾ ਬਣਾ ਕੇ ਸਿੱਟੀ ਜਾਵੇ, ਪ੍ਰਸ਼ਾਦ ਬਣਾ ਬਣਾ ਸਿੱਟੀ ਜਾਵੇ। ਉੱਧਰ ਜਿਹੜੇ ਜੀਵ ਜੰਤੂ ਸੀ ਨਾ ਪ੍ਰਸ਼ਾਦ ਖਾਂਦੇ ਸੀ, ਖਾ ਕੇ ਅਤੇ ਬੜਾ ਖੁਸ਼ ਹੋਣ, ਸਮੁੰਦਰ 'ਚ ਸਿੱਟੀ ਜਾਂਦਾ ਸੀ, ਜੀਵ ਜੰਤੂ ਖਾ ਖਾ ਕੇ ਖੁਸ਼ ਹੋਈ ਜਾਣ। ਮਗਰਮੱਛ ਕਹਿੰਦਾ ਅੱਜ ਤੁਸੀਂ ਇੰਨੇ ਖੁਸ਼ ਹੋਏ ਹੈ, ਕੀ ਗੱਲ ਹੈ? ਕਹਿੰਦਾ ਜੀ ਕੋਈ ਧਰਮਾਤਮਾ ਪੁਰਸ਼ ਆਇਆ, ਬੜੇ ਮਿੱਠੇ ਮਿੱਠੇ ਪਕਵਾਨ ਬਣਾ ਬਣਾ ਸਿੱਟੀ ਜਾਂਦਾ, ਚੱਲ ਤੁਹਾਨੂੰ ਵੀ ਖਵਾਈਏ ਗੇ। ਮਗਰਮੱਛ ਉਹਨਾਂ ਦੇ ਨਾਲ ਆ ਗਿਆ ਜੀਵ ਜੰਤੂਆਂ ਦੇ, ਉੱਧਰੋਂ ਕਿਤੇ ਤਾਜ਼ਾ ਜਿਹਾ ਪੂਰ ਬਣਾ ਕੇ ਸਿੱਟਿਆ ਸੀਗਾ। ਜਦੋਂ ਮਗਰਮੱਛ ਨੇ ਹਲਵਾ ਖਾਧਾ, ਖਾ ਕੇ ਕਹਿੰਦਾ ਵੀ ਸਮਾਨਤਾ ਤਾਂ ਖੈਰ ਬਹੁਤ ਠੀਕ ਹੈ, ਅਤੇ ਤੁਸੀਂ ਮੁਫਤ ਦਾ ਮਾਲ ਕਿਉਂ ਖਾਈ ਜਾਂਦੇ? ਸਮੁੰਦਰ ਦੇ ਵਿੱਚ ਥੋੜ੍ਹੇ ਹੀਰੇ ਮੋਤੀ ਪਏ ਹੈ, ਜਿੰਨੇ ਜਿੰਨੇ ਕੋਈ ਚੱਕ ਸਕਦਾ, ਇੱਕ ਇੱਕ ਦੋ ਦੋ ਚਾਰ ਚਾਰ ਪੰਜ ਪੰਜ ਬਾਹਰ ਲਿਜਾ ਕੇ ਰੱਖ ਦਿਓ, ਮੁਫਤ ਦਾ ਤਾਂ ਨਾ ਖਾਓ ਜੀ। ਉਹਨਾਂ ਨੇ ਜੀ ਉਵੇਂ ਕੀਤੇ ਜਿੰਨੇ ਕੋਈ ਲਿਜਾ ਸਕਦਾ ਸੀਗਾ, ਜੀਵ ਜੰਤੂ ਬਾਹਰ ਲੈ ਕੇ ਉਹਨਾਂ ਨੇ ਹੀਰੇ ਮੋਤੀਆਂ ਦੀ ਢੇਰੀ ਲਾ ਦਿੱਤੀ, ਅਤੇ ਉਹ ਰੱਖ ਕੇ ਰੱਥ ਦੇ ਉੱਤੇ ਸ਼ਾਹੂਕਾਰ ਦੇ ਕੋਲ ਲਿਆਂਦੇ ਆਪਦੇ ਜਿਹੜਾ ਧਰਮ ਦਾ ਮਾਂ ਪਿਓ ਸੀ। ਕਹਿੰਦਾ ਜੀ ਆਹ ਸੀ ਅੱਜ ਦੀ ਕਮਾਈ। ਇਹ ਸ਼ਾਹੂਕਾਰ ਦੇਖ ਕੇ ਹੈਰਾਨ ਵੀ ਹੀਰੇ ਮੋਤੀ ਪੈਸਿਆਂ ਤੋਂ ਇੰਨੇ, ਉਹ ਵੀ ਮੈਂ ਤਾਂ ਆਪਦੀ ਮੇਰੇ ਚਿੱਟੇ ਆ ਗਏ, ਮੈਂ ਤਾਂ ਮਰਨ ਕਿਨਾਰੇ ਹੋ ਗਿਆ, ਇੰਨੀ ਕਮਾ ਸਾਰੀ ਜ਼ਿੰਦਗੀ 'ਚ ਨਹੀਂ ਕਮਾਏ ਗਏ। ਕਹਿੰਦੇ ਬਹੁਤ ਇਹੋ ਜਿਹਾ ਵਪਾਰ ਤਾਂ ਤੂੰ ਰੋਜ਼ ਕਰਿਆ ਕਰ। ਜਾਣੀ ਉਹਨਾਂ ਦਾ ਉਹ ਸਿਲਸਿਲਾ ਰੋਜ਼ ਦਾ ਹੀ ਚੱਲ ਪਿਆ, ਪਕਵਾਨ ਬਣਾ ਬਣਾ ਸਿੱਟਿਆ ਕਰੇ, ਹੀਰੇ ਮੋਤੀ ਲੈ ਕਰੇ, ਮਹੀਨਾ ਕੰਮ ਚੱਲਦਾ ਰਿਹਾ ਪੂਰਾ। ਮਹੀਨੇ ਤੋਂ ਬਾਅਦ ਇੱਕ ਦਿਨ ਮਗਰਮਾਸੀ ਜਿਹੜਾ ਬਾਹਰ ਆ ਗਿਆ, ਬਾਹਰ ਆ ਕੇ ਦੱਸਦੇ ਨਾ ਜਾਨਵਰ ਭਾਖਿਆ ਜਾਂਦੇ ਸੀ, ਪੁਰਾਣਿਆਂ ਸਮੇਂ ਦੀਆਂ ਗੱਲਾਂ ਤਾਂ ਇਵੇਂ ਹੀ ਹੈ। ਹਾਂ, ਅਤੇ ਮਗਰਮੱਛ ਕਹਿੰਦਾ ਤੁਸੀਂ ਸੇਵਾ ਬਹੁਤ ਕੀਤੀ ਹੈ, ਅਤੇ ਤੁਹਾਡੇ ਵਰਗੇ ਜਿਹੜੇ ਦਾਨੀ ਪੁਰਸ਼ ਆ, ਧਰਮਾਤਮਾ ਪੁਰਸ਼ ਆ ਨਾ, ਇਹਨਾਂ ਦੀ ਅੱਗੇ ਲੋੜ ਹੈ। ਕਹਿੰਦਾ ਅਤੇ ਤੁਸੀਂ ਮੇਰੇ ਨਾਲ ਉੱਥੇ ਚੱਲੋ, ਤੁਹਾਨੂੰ ਸੱਚਖੰਡ ਲੈ ਕੇ ਜਾਵਾਂ ਮੈਂ। ਮੈਂ ਕਹਿੰਦਾ ਉੱਥੇ ਧਰਮਰਾਜ ਨਾਲ ਮੇਰੀ ਸਿੱਧੀ ਗੱਲਬਾਤ ਹੈ। ਮਗਰਮੱਛ ਕਹਿੰਦਾ, ਅਤੇ ਉਹ ਕਹਿੰਦਾ ਵੀ ਮੈਂ ਜਾ ਤਾਂ ਵੜਾਂ, ਪਰ ਮੇਰੇ ਧਰਮ ਦੇ ਮਾਂ ਪਿਓ ਹੈ, ਜੇ ਤਾਂ ਤੁਸੀਂ ਉਹਨਾਂ ਨੂੰ ਵੀ ਨਾਲ ਲੈ ਜਾਓਗੇ ਫਿਰ ਤਾਂ ਮੈਂ ਜਾੜੂ, ਪਰ ਮੈਂ ਉਹਨਾਂ ਨੂੰ ਛੱਡ ਨਹੀਂ ਸਕਦਾ। ਕਹਿੰਦੇ ਜਾ ਉਹਨਾਂ ਨੂੰ ਵੀ ਲੈ ਆਈ। ਇਹ ਚਲੋ ਜੀ, ਉਹ ਘਰ ਗਿਆ ਸ਼ਾਹੂਕਾਰ ਦਾ ਲੜਕਾ ਆਪਦੇ ਧਰਮ ਦੇ ਮਾਂ ਪਿਓ ਨੂੰ, ਕਹਿੰਦਾ ਜੀ ਮੈਂ ਤੁਹਾਨੂੰ ਆਖੇ ਇਸ ਤਰ੍ਹਾਂ ਕਰਕੇ ਧਰਮਰਾਜ ਦੇ ਕੋਲ ਮਗਰਮੱਛ ਜਾਂਦਾ ਆਉਂਦਾ, ਅਤੇ ਮੈਂ ਤੁਹਾਨੂੰ ਲੈ ਜਾ ਉੱਥੇ। ਕਹਿੰਦੇ ਪੁੱਤ ਤੂੰ ਸਾਨੂੰ ਜਿਉਂਦਿਆਂ ਨੂੰ ਉੱਥੇ ਲੈ ਜਾ, ਸਾਨੂੰ ਹੋਰ ਕੀ ਚਾਹੀਦਾ, ਮੁੜ ਕੇ ਮਰ ਕੇ ਤਾਂ ਪਤਾ ਨਹੀਂ ਅਸੀਂ ਕਿਹੜੀ ਜੂਨੀ 'ਚ ਪੈਣਾ। ਸਹੀ ਗੱਲ ਹੈ। ਕਹਿੰਦੇ ਵੀ ਠੀਕ ਹੈ। ਕਹਿੰਦੇ ਪਰ ਹੁਣ ਜਿਹੜਾ ਸਮਾਨ ਪਿਆ ਫਿਰ ਆਪਾਂ ਕਰਨਾ ਕੀ ਹੈ, ਇਹ ਵੀ ਖਰੀਦ ਲਓ, ਰਾਸ਼ਨ ਹੋਰ, ਸੂਜੀ, ਮੈਦਾ, ਆਟਾ, ਘਿਓ, ਖੰਡ। ਉਹਨਾਂ ਨੇ ਸਮਾਨ ਖਰੀਦ ਲਿਆ ਅਤੇ ਕੜਾਏ ਬਣਾ ਬਣਾ ਕੇ ਸਿੱਟੀ ਗਏ, ਅਤੇ ਮਗਰਮੱਛ ਨਾਲ ਵਾਅਦਾ ਕਰ ਲਿਆ ਵੀ ਜਦੋਂ ਸਮਾਨ ਮੁੱਕ ਗਿਆ ਤਾਂ ਉਦੋਂ ਅਸੀਂ ਤੇਰੇ ਨਾਲ ਤੁਰ ਪਾਂਗੇ। ਉਹਨਾਂ ਨੇ ਜੋ ਰਾਸ਼ਨ ਸਾਰਾ ਮੁਕਾ ਕੇ ਤਾਂ ਮਗਰਮੱਛ ਨੇ ਆਪਣੀ ਕੰਡ 'ਤੇ ਬਿਠਾਇਆ ਤਿੰਨਾਂ ਨੂੰ ਬਿਠਾ ਕੇ, ਅਤੇ ਕਹਿੰਦਾ ਵੀ ਅੱਖਾਂ ਮੀਚੋ। ਮੀਚੀਆਂ ਅੱਖਾਂ 'ਤੇ ਜਾ ਧਰਮਰਾਜ ਦੇ ਪੇਸ਼ ਹੋ ਗਏ। ਧਰਮਰਾਜ ਕਹਿੰਦਾ ਵੀ ਇਹ ਤਿੰਨੇ ਹੀ ਬੰਦੇ ਦਾਨੀ ਹੈ, ਧਰਮਾਤਮਾ ਹੈ, ਭਜਨੀਕ ਹੈ, ਬੰਦਗੀ ਕਰਨ ਵਾਲੇ ਹੈ, ਨਰਕਾਂ ਦੇ ਵੱਲ ਇਹਨਾਂ ਨੂੰ ਇੱਕ ਪੈਰ ਰੱਖਣ ਦਾ ਹੁਕਮ ਵੀ ਨਹੀਂ ਗਾ।
ਅਤੇ ਸੱਚਖੰਡ ਵਾਲੇ ਪਾਸੇ ਸਵਰਗਾਂ ਵਾਲੇ ਪਾਸੇ ਇਹ ਜਾ ਸਕਦੇ ਆ। ਉਹ ਮੁੰਡਾ ਕਹਿੰਦਾ ਜੀ ਮੈਂ ਨਰਕ ਜ਼ਰੂਰ ਵੇਖਣੇ ਆ ਜੀ, ਸ਼ਾਹੂਕਾਰ ਦਾ ਲੜਕਾ ਸੀ। ਉਹ ਕਹਿੰਦਾ ਜੀ ਇਹ ਕਹਿੰਦਾ ਹੁਣ ਨਰਕ ਵੇਖਣੇ, ਕਹਿੰਦਾ ਵੀ ਹੁਕਮ ਤਾਂ ਇਹਨੂੰ ਹੈ ਨਹੀਂ ਗਾ ਪੈਰ ਰੱਖਣ ਦਾ ਵੀ, ਪਰ ਚਲੋ ਜੇ ਇਹ ਕਹਿੰਦਾ ਤਾਂ ਇਹਨਾਂ ਨੂੰ ਥੋੜ੍ਹੀ ਜਿਹੀ ਵਾਟ ਲੈ ਜਾਇਓ, ਬਾਹਲੀ ਗਾਹ ਨਾਲ ਜਾਇਆ ਜੋ, ਬਹੁਤ ਕੂਕ ਪੁਕਾਰ ਚੀਕ ਪੁਕਾਰ ਹੁੰਦੀ ਉੱਥੇ, ਬੁਰਾ ਹਾਲ ਹੈ, ਤੁਸੀਂ ਥੋੜ੍ਹੀ ਜਿਹੀ ਵਾਟ ਲ ਜਾ ਕੇ ਅਤੇ ਮੋੜ ਲੈ ਜਾਇਓ। ਉਹ ਕਹਿੰਦਾ ਵੀ ਠੀਕ ਹੈ। ਜਦੋਂ ਉਹਨਾਂ ਨੂੰ ਉਸ ਪਾਸੇ ਨਰਕਾਂ ਵਾਲੇ ਪਾਸੇ ਲਿਜਾਣ ਲੱਗੇ ਤਾਂ ਜਿਹੜੇ ਉਹਦੇ ਪਹਿਲਾਂ ਵਾਲੇ ਮਾਂ ਪਿਓ ਸੀ ਉਹ ਪੁੱਠੇ ਟੰਗੇ ਪਏ ਉੱਥੇ। ਉਹਨਾਂ ਨੇ ਆਪਦਾ ਪੁੱਤ ਨੂੰ ਸਿਆਣ ਲਿਆ, ਕਹਿੰਦੇ ਆ ਕਿ ਪੁੱਤ ਸਾਨੂੰ ਇੱਥੋਂ ਛਡਾ, ਅਸੀਂ ਤਾਂ ਚੁੰਡੀ ਆਟੇ ਦੀ ਨਹੀਂ ਦਾਨ ਕੀਤੀ ਸੀ ਕਦੇ ਫਕੀਰ ਨੂੰ, ਹੋਰ ਵੀ ਨਹੀਂ ਕਦੇ ਦਾਨ ਕੀਤਾ ਸੀ, ਕਿਸੇ ਨੂੰ ਰੋਟੀ ਨਹੀਂ ਖਵਾਈ, ਕਿਸੇ ਨੂੰ ਪਾਣੀ ਨਹੀਂ ਪਿਆ ਹੈਗਾ, ਅਤੇ ਅਸੀਂ ਤਾਂ ਗਾਲ ਹੀ ਵੱਢੇ ਲੋਕਾਂ ਦੇ, ਅਤੇ ਲੋਕਾਂ ਦੇ ਗਲ ਵੱਢਣੇ ਕਰਕੇ ਸਾਨੂੰ ਆਹ ਸਜ਼ਾ ਮਿਲੀ ਜਿਹੜੇ ਪੁੱਠੇ ਲਮਕੀ ਜਾਂਦੇ ਹਾਂ। ਅਤੇ ਧਰਮਰਾਜ ਨੇ ਕਿਹਾ ਸੀ ਵੀ ਪਹਿਲੀ ਗੱਲ ਤੈਨੂੰ ਲਿਜਾਇਆ ਹੋਇਓ ਨਾ ਬਾਹਲੀ ਦੂਰ, ਜੇ ਇਹਨੇ ਕੋਈ ਗੱਲ ਆਖੀ ਤਾਂ ਇਹਦੀ ਗੱਲ ਮੋੜਿਆ ਹੋ ਨਾ। ਉਹ ਕਹਿੰਦਾ ਜੀ ਇਹਨਾਂ ਨੂੰ ਛੱਡ ਦਿਓ ਮੇਰੇ ਮਾਂ ਪਿਓ, ਉਹਨਾਂ ਨੇ ਛੱਡਤੇ। ਜਦੋਂ ਉਦੋਂ ਅੱਗੇ ਗਏ ਤਾਂ ਪੰਡਿਤ ਪੁੱਠਾ ਟੰਗਿਆ ਪਿਆ, ਜਿਹਨੇ ਹਾਂ ਜਿਹੜਾ ਬੇਈਮਾਨ ਹੋ ਗਿਆ ਸੀ, ਉਹਨੇ ਵੇਖ ਲਿਆ ਪਛਾਣ ਲਿਆ ਸ਼ਾਹੂਕਾਰ ਨੂੰ, ਕਹਿੰਦਾ ਸ਼ਾਹੂਕਾਰ ਜੀ ਕਹਿੰਦਾ ਕਿ ਮੈਨੂੰ ਬਖਸ਼ੋ, ਕਹਿੰਦਾ ਮੈਂ ਬੰਦਗੀ ਤਾਂ ਬਹੁਤ ਕੀਤੀ ਸੀਗੀ, ਮੈਨੂੰ ਉਮੀਦ ਨਹੀਂ ਸੀ ਮੈਂ ਇਹ ਸਥਾਨ ਲੈ ਲੂੰ, ਪਰ ਤੁਹਾਡੀ ਔਰਤ 'ਤੇ ਬੇਈਮਾਨ ਹੋਣਾ ਕਰਕੇ ਮੈਨੂੰ ਇਹ ਜਗ੍ਹਾ ਮਿਲੀ। ਕਹਿੰਦਾ ਫਿਰ ਵੀ ਰਹਿਮ ਕੀਤਾ, ਕਹਿੰਦਾ ਜੀ ਇਹਨੂੰ ਵੀ ਛੱਡ ਦਿਓ, ਉਹਨੂੰ ਵੀ ਛੱਡਤਾ। ਕਹਿੰਦਾ ਹੋਰ, ਕਹਿੰਦਾ ਹੋਰ ਨਹੀਂ ਹੁਣ ਦੂਜੇ ਪਾਸੇ ਨੂੰ ਚੱਲੋ ਸਵਰਗਾਂ ਵਾਲੇ ਪਾਸੇ ਨੂੰ, ਉਸ ਪਾਸੇ ਨੂੰ ਚੱਲ ਪਏ। ਅੱਛਾ ਉਹਦੀ ਔਰਤ ਕਿੱਥੇ ਚਲੀ ਗਈ, ਉਹਦੀ ਵਿੱਚੋਂ ਗੱਲ ਨਹੀਂ ਨਿਕਲੀ? ਨਹੀਂ ਉਹ ਜਦੋਂ ਸਵਰਗਾਂ ਵਾਲੇ ਪਾਸੇ ਨੂੰ ਚੱਲ ਪਏ ਨਾ ਜੀ, ਉੱਥੋਂ ਸਵਰਗਾਂ ਵਾਲੇ ਪਾਸੇ ਨੂੰ ਚੱਲ ਪਏ, ਉਹ ਅਲੋਪ ਹੋ ਗਈ ਸੀ, ਉਸ ਤੋਂ ਬਾਅਦ ਆਪਾਂ ਉਹਦੀ ਹਾਂ 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 ਉਹ ਜਦੋਂ ਸਵਰਗਾਂ ਵਾਲੇ ਪਾਸੇ ਨੂੰ ਚੱਲ ਪਏ ਹਾਂਜੀ, ਤਾਂ ਅੱਗੇ ਉਹ ਇੱਕ ਝੂਲਾ ਬਣਿਆ ਹੋਇਆ, ਝੂਲੇ ਦੇ ਉੱਤੇ ਪਈ ਵੀ ਹੈ, ਅਤੇ ਜਿਵੇਂ ਨੌਕਰਾਣੀਆਂ ਗੋਲੀਆਂ ਬਾਂਦੀਆਂ ਕਹਿ ਦਿੰਦੇ ਆ ਉਹਨੂੰ, ਐਂ ਝੂਟੇ ਦੇਈ ਜਾਂਦੀਆਂ ਜੀ, ਝੂਲੇ ਦੇ ਵਿੱਚ ਪਈ ਆ ਉਹ ਪੀਂਘੇ 'ਚ, ਅਤੇ ਉਹਨੂੰ ਐਂ ਝੂਟੇ ਦੇਈ ਜਾਂਦੀਆਂ। ਜਦੋਂ ਉੱਧਰ ਨੂੰ ਗਏ ਉਹਦੇ ਘਰ ਵਾਲਾ, ਉਹਦੀ ਸੱਸ ਸਹੁਰਾ, ਇੱਕੋ ਜਿਹੜੇ ਧਰਮ ਦੇ ਮਾਂ ਪਿਓ ਅਤੇ ਪੰਡਿਤ, ਇਹਨਾਂ ਨੂੰ ਜਦੋਂ ਪੰਜਾਂ ਜਣਿਆਂ ਨੂੰ ਨਾਲ ਹੀ ਹਾਂ ਛੀਆਂ ਜਣਿਆਂ ਨੂੰ ਜਦੋਂ ਆਉਂਦੇ ਵੇਖਿਆ ਨਾ ਉਹਦੇ ਘਰ ਵਾਲੀ ਨੇ, ਅਤੇ ਫਿਰ ਉਹਨਾਂ ਨੂੰ ਕਹਿੰਦੀ ਵੀ ਪੀਂਘਾ ਰੋਕੋ ਮਾੜਾ ਜਿਹਾ। ਜਦੋਂ ਪੀਂਘਾ ਰੋਕਿਆ ਅਤੇ ਉਹਨੇ ਆਪਦੀ ਸੱਸ ਦੇ ਪੈਰੀ ਹੱਥ ਲਾਏ, ਸਹੁਰੇ ਦੇ ਪੈਰੀ ਹੱਥ ਲਾਏ, ਧਰਮ ਦਾ ਮਾਂ ਪਿਓ ਸੀ ਜਿਹੜਾ ਉਹਨਾਂ ਦੋਨਾਂ ਦੇ ਪੈਰੀ ਹੱਥ ਲਾਏ, ਪੰਡਿਤ ਦੇ ਪੈਰੀ ਹੱਥ ਲਾਏ, ਆਪਣੇ ਘਰ ਵਾਲੇ ਦੇ ਵੀ ਪੈਰੀ ਹੱਥ ਲਾਏ, ਉੱਥੇ ਜਾਣੀ ਉਹ ਮਿਲੇ। ਤਾਂ ਇਸ ਤਰ੍ਹਾਂ ਸੀ, ਮਤਲਬ ਕਰਨੀ ਭਰਨੀ ਦੇਖੋ ਵੀ ਉਹਨਾਂ ਨੇ ਦਾਨ ਪੁੰਨ ਕੀਤਾ ਤਾਂ ਕਿਹੜਾ ਸਥਾਨ ਪ੍ਰਾਪਤ ਕੀਤਾ, ਅਤੇ ਇਹਨਾਂ ਨੇ ਮਤਲਬ ਵੇਲਾ ਉਹ ਕੀਤਾ ਸੀ, ਜੇ ਬੇਈਮਾਨ ਹੋਇਆ ਤਾਂ ਵੀ ਉਹਨੂੰ ਨਰਕਾਂ ਦੇ ਵਿੱਚ ਜਾਣਾ ਪਿਆ, ਜੇ ਉਹਦੇ ਮਾਂ ਪਿਓ ਸੀ ਉਹਨਾਂ ਨੂੰ ਜਾਣਾ ਪਿਆ। ਪਰ ਜਿਵੇਂ ਇੱਕ ਮੈਂ ਗੁਰਬਾਣੀ ਦੀ ਤੁੱਕ ਹੈ, ਧੰਨ ਧੰਨ ਰਾਜਾ ਜਨ ਕਹਿ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਜਾਪ ਸੇ ਪਾਪੀ ਤਰੇ ਅਨੇਕ। ਅਤੇ ਕਈ ਵਾਰੀ ਕਿਸੇ ਫਕੀਰ ਦਾ ਕੀਤਾ ਕਿਰਾਇਆ ਜਾਂ ਘਰ ਦੇ ਜੀ ਦਾ ਕੀਤਾ ਕਿਰਾਇਆ ਸਿਮਰਨ ਵੀ ਹੋਰ ਕਿਸੇ ਨੂੰ ਤਾਰ ਦਿੰਦਾ ਜੀ। ਹਾਂਜੀ ਤੇ ਬਾਈ ਜੀ, ਉਹ ਚੱਕੀ ਵਾਲੇ ਬਾਈ ਦਾ ਕੀ ਬਣਿਆ? ਚੱਕੀ ਵਾਲੇ ਬਾਈ ਦਾ ਜਿਹੜਾ ਹੀਰੇ ਦੀ ਮੁੱਠ ਲੈ ਲੈਂਦਾ ਸੀ ਸਵੇਰੀ? ਅੱਛਾ ਅੱਛਾ ਹਾਂ, ਉਹ ਫਿਰ ਬਸ ਉਹ ਉੱਥੇ ਰਾਸ਼ਨ ਕਾਫੀ ਛੱਡ ਗਏ ਸੀਗੇ, ਸੇਵਾ ਦਾ ਮੇਵਾ ਉਹਨਾਂ ਨੂੰ ਵੀ ਮਿਲ ਗਿਆ ਸੀਗਾ। ਹਾਂ ਠੀਕ ਠਾਕ ਆ, ਵਧੀਆ ਮੌਜਾਂ ਕਰਦੇ। ਹਾਂ ਹਾਂ ਜਮਾਂ ਵਧੀਆ ਮੌਜਾਂ ਕਰਦੇ ਆ, ਲਈਏ ਅੱਗੇ ਲਈਏ। ਹਾਂਜੀ ਹਾਂਜੀ, ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਅੱਜ ਵਾਲੀ ਇਹ ਸਟੋਰੀ ਬਹੁਤ ਵਧੀਆ ਲੱਗੀ ਹੋਊਗੀ, ਮੈਨੂੰ ਤਾਂ ਬਹੁਤ ਹੀ ਆਨੰਦ ਆਇਆ। ਸੋ ਦੇਖਦੇ ਰਹੋ ਪੇਂਡੂ ਆਸਟ੍ਰੇਲੀਅਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।